ਚਲੇ ਆ ਯਾਰਾ ਫੈਸਲੇ ਹਜ਼ੂਰ ਦੇ ਜੱਜਾਂ ਨੇ ਨਹੀਂ ਮੰਨੇ ਉਹਨਾਂ ਦੀ ਜੁਰਅਤ ਕਿਵੇਂ ਹੋਈ ਸੀ ਚਲੇ ਆ ਤੁਸੀਂ ਦੋ ਨਮਰੀਆਂ ਕੀਤੀਆਂ ਮੈਂ ਵੀ ਕੀਤੀਆਂ ਦੋ ਨਮਰੀਆਂ ਮੌਲਵੀਆਂ ਪੀਰਾਂ ਤੋਂ ਨਮਰੀਆਂ ਨਾ ਕੀਤੀਆਂ ਹੁੰਦੀਆਂ ਜੱਜਾਂ ਦੀ ਜੁਰਅਤ ਸੀ ਜਦੋਂ ਹਜ਼ੂਰ ਦੇ ਯਾਰਾ ਫੈਸਲੇ ਪੇਸ਼ ਕੀਤੇ ਤੇ ਉਹਨਾਂ ਨੂੰ ਚਾਹੀਦਾ ਸੀ ਆਪਣੀਆਂ ਕੁਰਸੀਆਂ ਛੋੜ ਕੇ ਥੱਲੇ ਬਹਿ ਜਾਂਦੇ ਹਜ਼ੂਰ ਨੇ ਫਰਮਾਇਆ ਗੱਲ ਮੁੱਕ ਗਈ ਜੀ ਅਸੀਂ ਕੌਣ ਹਾਂ ਹਜ਼ੂਰ ਦੇ ਤੇ ਦੋ ਨਮਰੀਆਂ ਕਰਕੇ ਤੇ ਅੱਜ ਕਹਤੇ ਆਸ਼ਕ ਰਸੂਲ ਹੈ ऐसे बात नहीं चलेगी अब हुजूर की दीन को तख्त पर लाना है इनको बताना है हाँ जी सानू पता ही कोई नहीं पावर वाली शह केड़ी है चले क्यों जी दरियाए दजल नु हजरत साद ने की फरमाया फरमाया सी पार जाना राह दे दे साडे को टाइम ही कोई नहीं पुल बनाण दा ते साहबा कहंदे दरिया इंज हो गया ते फरमाया सी इंज गुजरे जे बादशाह तख्त उते बैठे हुंदे दरियावां च भी कदी कोई इंज गुजरिया ਲਹਿਰਾਂ ਦਰਿਆਵਾਂ ਦੀਆਂ ਘੋੜੇ ਤੇ ਮੰਜਣਾ ਲੱਗ ਰਹੀਆਂ ਸਨ ਤੇ ਫਿਰ ਵੀ ਸਾਹਬਾ ਕਹਿੰਦੇ ਨਾ ਸੀਂ ਜੋ ਹੈ ਜਲਿਆ ਤੈਨੂੰ ਪਤਾ ਹੀ ਕੋਈ ਨਹੀਂ ਇਸਲਾਮ ਦੀ ਪਾਵਰ ਕਿਵੇਂ ਬਸ ਸਿਰਫ ਇੱਕ ਹੀ ਬਾਤ ਹੈ ਇਹਨੇ ਜਾਣਾ ਇਹਨੇ ਮਾਨਾ ਨਾ ਰੱਖਾ ਗੈਰ ਸੇ ਕਾਮ ਲਿਲਾਹ ਅਲਹਮਦ ਮੈਂ ਦੁਨੀਆ ਸੇ ਮੁਸਲਮਾਨ ਤੁਸੀਂ ਯੂੰ ਯੂੰ ਕਰਨੇ ਸੇ ਵੀ ਇਸਲਾਮ ਹੋਤਾ ਹੈ ਯੂੰ 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 ਕਰਨੇ ਸੇ ਆਜ ਅੱਲੋ ਕਹਿੰਦੇ ਯੂੰ ਯੂੰ ਕਰੋ ਮੁਝੇ ਬੱਚੇ ਕਹਿ ਰਹੇ ਥੇ ਆਪਨੇ ਬਿਆਨ ਕਰਨਾ ਹੈ ਮੈਂ ਇਸਲਾਮ ਵਾ ਜੋ ਮੈਂ ਬਿਆਨ ਕਰ ਰਹਾ ਹਾਂ ਮੈਨੂੰ ਜਰਮਨ ਦਾ ਆਏ ਸਾਫੀ ਹੁਣ ਤੇ ਆਏ ਨਾ ਲੰਡਨ ਵਾਲੇ ਉਹਨੇ ਚਲਾਇਆ ਜਰਮਨ ਵਾਲਿਆਂ 'ਚ ਚਲਾਇਆ ਕੋਈ ਨਹੀਂ ਮੇਰਾ ਇੰਟਰਵਿਊ ਮੈਂ ਉਹਨੂੰ ਕਿਹਾ ਮੈਂ ਆਖਾਂ ਜਲਿਓ ਮਗਰੋਂ ਲੈ ਜਾਓ ਸਾਡੇ ਮੈਂ ਇਮ ਜੇ ਉਹਨਾਂ ਨੂੰ ਕਿਹਾ ਮੈਂ ਆਖਾਂ ਜਲਿਓ ਮਗਰੋਂ ਲੈ ਜਾਓ ਇੱਕ ਚੂੜੀ ਨੇ ਹਜ਼ੂਰ ਦੀ ਗੁਸਤਾਖੀ ਕੀਤੀ ਨਨਕਾਨੇ ਵਾਲੀ ਤੇ ਮੈਂ ਆਖਾਂ ਉਸ ਚੂੜੀ ਦਾ ਬਹਾਨਾ ਬਣਾ ਕੇ ਸਾਡੇ ਮਗਰੋਂ ਲੈ ਜਾਓ ਤੁਹਾਨੂੰ ਸਮਝ ਹੀ ਕੋਈ ਨਹੀਂ ਕਹਿਣ ਲੱਗਾ ਕੀ ਮੈਂ ਆਖਾਂ ਫਤਿਹ ਮੱਕਾ ਵਾਲੇ ਦਿਨ ਮੇਰੇ ਆਖਾਂ ਜਦੋਂ ਆਏ ਨਾ ਫਾਤਿਹਾਨਾ ਅੰਦਾਜ਼ 'ਚ ਤੇ ਕੁੱਤੀ ਸੂਈ ਪਈ ਸੀ ਰਸਤੇ 'ਚ ਮੇਰੇ ਆਕਾ ਨੇ ਇੱਕ ਸਾਹਬੀ ਨੂੰ ਖੜਾ ਕਰ ਦਿੱਤਾ ਤੇ ਖੜੇ ਹੋ ਜਾ ਕੁੱਤੀ ਦੇ ਬੱਚੇ ਮੇਰੇ ਗੁਲਾਮਾਂ ਦੇ ਪੈਰਾਂ ਥੱਲੇ ਨਾ ਆ ਜਾਣ ਮੈਂ ਉਹਨੂੰ ਕਿਹਾ ਕੁੱਤੀ ਦੇ ਬੱਚੇ ਤੇ ਬਚ ਗਏ ਫਤਿਹ ਮੱਕਾ ਵਾਲੇ ਦਿਨ ਤੇ ਗੁਸਤਾਖ ਰਸੂਲ ਕਾਬੇ ਨਾਲ ਲਿਪਟਿਆ ਕਿਉਂ ਕਤਲ ਹੋਇਆ ਉਹ ਇੰਜ ਕੰਮ ਦੱਸੀ ਕਹਿਣ ਲੱਗਾ ਵਾਕਿਆ ਇਹ ਰਵਾਇਤ ਹੈ ਮੈਂ ਉਹਨੂੰ ਜਦੋਂ ਕੱਢ ਕੇ ਦਿੱਤੀ ਤੇ ਕਹਿਣ ਲੱਗਾ ਯਾਰ ਸਾਨੂੰ ਇਹ ਜਿਹਾ ਇਸਲਾਮ ਦੱਸੇ ਹੀ ਕਦੀ ਕਿਸੇ ਨੂੰ ਇੰਜ ਉਹ ਕਹਿੰਦਾ ਸੀ ਉਹਨੇ ਬਸ ਕਰ ਦਿੱਤੇ ਸਵਾਲ ਹੀ ਪੁੱਛੋ ਜੀ ਸਮੇਟ ਕੇ ਉਹਨੇ ਰੱਖ ਦਿੱਤਾ ਉਹਨੇ ਕਿਹਾ ਮੈਂ ਇਸ ਤੋਂ ਬਾਅਦ ਸਵਾਲ ਕਰ ਹੀ ਨਹੀਂ ਸਕਦਾ ਸਾਨੂੰ ਤਾਂ ਇਸਲਾਮ ਦੇ ਬਾਰੇ ਕੁਝ ਹੋਰ ਦੱਸਿਆ ਗਿਆ ਮੈਂ ਕਿਹਾ ਨਾਮੂਸੇ ਰਸਾਲਤ ਦਾ ਮਸਲਾ ਬਿਲਕੁਲ ਜੁਦਾ ਗਾਨਾ ਹੈ ਸਾਡੇ ਮਗਰੋਂ ਤੁਸੀਂ ਲੈ ਜਾਓ ਇਸ ਮਸਲੇ 'ਚ ਉਮਤ ਤੋਂ ਨਮਰੀ ਨਹੀਂ ਕਰ ਸਕਦੀ ਫਿਰ ਮੈਂ ਉਹਨੂੰ ਕਿਹਾ ਸਾਰੇ ਜਹਾਨ ਵੀ ਗਰਕ ਹੋ ਜਾਣ ਨਾ ਇਸੇ ਲਮੇ ਤਾਂ ਫਿਰ ਵੀ ਨਾਮੂਸੇ ਰਸਾਲਤ ਦੇ ਮੁਕਾਬਲੇ ਮੇਂ ਇਨਕੀ ਕੋਈ ਹਸੀਅਤ ਨਹੀਂ ਬਸ ਜ਼ਮੀਨ ਓ ਜ਼ਮਾਂ ਤੁਹਾਰੇ ਮਕੀਨ ਓ ਮਕਾਂ ਤੁਹਾਰੇ ਜ਼ਮੀਨ ਓ ਜੁਨਾ ਬਨੇ ਦੋ ਜਹਾਂ ਦਹਨ ਮੇ ਜ਼ੁਬਾਂ ਤੁਹਾਰੇ ਬਦਨ ਮੇ ਹੈ ਜਾਂ ਤੁਹਾਰੇ ਹਮ ਆਏ ਯਹਾਂ ਉਠੇ ਵੀ ਵਹਾਂ ਤੁਹਾਰੇ ਸਭ ਕੁਝ ਹਜ਼ੂਰ ਕੇ ਲਈ